ਅਸਲਾਮੁ ਅਲੈਕੁਮ, ਸਤਿ ਸ਼੍ਰੀ ਅਕਾਲ, ਸ਼ਫਕਤ ਆਵਾਨ ਇੱਕ ਨਵੇਂ ਮਹਿਮਾਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ, ਅਤੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਅਸਲਾਮੁ ਅਲੈਕੁਮ ਜੀ। ਵਾਲੇਕੁਮ ਸਲਾਮ। ਕੀ ਨਾਂ ਜੀ ਤੁਹਾਡਾ ਬਜ਼ੁਰਗੋ? ਸਰਦਾਰ ਅਹਿਮਦ। ਅਤੇ ਵਾਲਿਦ ਸਾਹਿਬ ਦਾ ਕੀ ਨਾਂ ਜੀ? ਖੁਸ਼ੀ ਮੁਹੰਮਦ। ਖੁਸ਼ੀ ਮੁਹੰਮਦ, ਇੱਥੇ ਕਿੱਥੇ ਰਹਿੰਦੇ ਤੁਸੀਂ? 16ਵਾਂ ਨਾਲ ਤਹਿਸੀਲੋ ਜ਼ਿਲ੍ਹਾ ਉਕਾੜਾ। ਉਕਾੜਾ, ਅੱਛਾ। ਅਤੇ ਤੁਹਾਡੇ ਬਜ਼ੁਰਗ ਕਿਹੜੇ ਸੀ, ਅਤੇ ਤੁਸੀਂ ਇੰਡੀਆ 'ਚੋਂ ਆਏ ਕਿ ਇੱਧਰ ਦੇ ਰਹਿਣ ਵਾਲੇ ਜੀ? ਜੀ, ਇੰਡੀਆ 'ਚੋਂ ਆਏ ਹਾਂ। ਸਾਡੇ ਬਜ਼ੁਰਗ ਦਾ ਸੀਗੀ ਵਾਲਦ ਦਾ ਨਾਂ ਸੀ ਖੁਸ਼ੀ ਮੁਹੰਮਦ। ਤੁਹਾਡੇ ਦਾਦਾ ਜੀ ਦਾ ਨਾਂ? ਮੁਹੰਮਦ ਬੂਟਾ। ਮੁਹੰਮਦ ਬੂਟਾ। ਅਤੇ ਪਿੰਡ ਕਿਹੜਾ ਸੀ ਤੁਹਾਡਾ ਉੱਥੇ? ਕਪੂਰ ਪਿੰਡ। ਤਹਿਸੀਲ? ਜਲੰਧਰ। ਜ਼ਿਲ੍ਹਾ ਵੀ ਜਲੰਧਰ। ਜ਼ਿਲ੍ਹਾ ਵੀ ਜਲੰਧਰ। ਅਤੇ ਉਹ ਕਪੂਰ ਦੇ ਨਾਲ ਦੇ ਕੋਈ ਪਿੰਡ, ਕੋਈ ਨਾਂ ਤੁਹਾਨੂੰ ਕੋਈ ਬਜ਼ੁਰਗਾਂ ਨੇ ਦੱਸਿਆ ਹੋਣ, ਜਾਂ ਤੁਹਾਨੂੰ ਕੋਈ ਥੋੜ੍ਹਾ ਬਹੁਤਾ ਪਤਾ ਹੋਵੇ? ਕੋਈ ਪਤਾ ਨਹੀਂ। ਜੰਡੂ ਸਿੰਘਾ ਜੱਟਾਂ ਦਾ ਪਿੰਡ। ਅੱਛਾ ਜੀ। ਬਾਕੀ ਜੀ ਮੈਨੂੰ ਪਤਾ। ਅਤੇ ਤੁਹਾਡਾ ਪਿੰਡ ਕਿਹੜਾ ਸੀ? ਰਾਈਆਂ ਦਾ ਸੀਗਾ? ਹਾਂ ਜੀ, ਰਾਈਆਂ। ਕਪੂਰ ਪਿੰਡ। ਕਪੂਰ, ਤੁਸੀਂ ਰਾਈ ਹੁੰਦੇ ਜੀ? ਜੱਟ ਜੀ ਰਾਈ ਹੁੰਦੇ। ਰਾਈ ਹੁੰਦੇ। ਅੱਛਾ, ਅਤੇ ਤੁਹਾਡੇ ਪਿੰਡ ਦੇ ਵਿੱਚ ਮੁਸਲਮਾਨਾਂ ਤੋਂ ਇਲਾਵਾ, ਰਾਈਆਂ ਤੋਂ ਇਲਾਵਾ ਹੋਰ ਕੌਣ ਰਹਿੰਦਾ ਸੀ ਉੱਥੇ, ਕੋਈ ਪਤਾ? ਹਿੰਦੂ ਵੀ ਰਹਿੰਦੇ ਸੀ, ਸਿੱਖ ਵੀ ਰਹਿੰਦੇ ਸੀਗੇ। ਅੱਛਾ ਜੀ। ਬੂੜੇ ਜਿਹਨੂੰ ਕਹਿੰਦੇ ਆ, ਗੈਰ ਮੁਸਲਿਮ, ਉਹ ਵੀ ਰਹਿੰਦੇ ਸੀ। ਅੱਛਾ, ਅਤੇ ਨੰਬਰਦਾਰ ਉੱਥੇ ਦਾ ਕੌਣ ਸੀਗਾ? ਨਹੀਂ ਪਤਾ। ਅੱਛਾ, ਅਤੇ ਕਦੋਂ ਪਾਕਿਸਤਾਨ ਬਣਨ ਤੋਂ ਪਹਿਲਾਂ ਕੋਈ ਤੁਸੀਂ ਸੁਣਿਆ ਹੋਵੇ ਆਪਣੇ ਬਜ਼ੁਰਗਾਂ ਕੋਲੋਂ ਕਿ ਉੱਥੇ ਕੋਈ ਲੜਾਈ ਮੁਸਲਮਾਨਾਂ ਦੀ, ਹਿੰਦੂਆਂ ਦੀ, ਕਦੀ ਸਿੱਖਾਂ ਦੀ ਹੋਈ ਸੀ ਕਿ ਨਹੀਂ ਪਾਕਿਸਤਾਨ ਬਣਨ ਤੋਂ ਪਹਿਲਾਂ? ਕੋਈ ਨਹੀਂ। ਉਹ ਇਕੱਠੇ ਰਹਿੰਦੇ ਸੀਗੇ ਅਮਨ ਦੇ ਨਾਲ? ਅਮਨ ਨਾਲ ਰਹਿੰਦੇ ਸੀਗੇ। ਅਤੇ ਮਸੀਤ ਵੀ ਹੋਣੀ ਉੱਥੇ, ਮੁਸਲਮਾਨ ਸੀ ਤਾਂ ਜ਼ਾਹਿਰ ਮਸੀਤ ਵੀ ਹੋਊਗੀ। ਮਸੀਤਾਂ ਵੀ ਹੈਗੀਆਂ ਸੀ। ਅਤੇ ਰਾਈਆਂ ਤੋਂ ਇਲਾਵਾ ਮੁਸਲਮਾਨ ਹੋਰ ਕਿਹੜੇ ਸੀ ਉੱਥੇ? ਨਹੀਂ ਪਤਾ। ਅੱਛਾ, ਚਲੋ ਆਪਾਂ ਪਾਕਿਸਤਾਨ ਦੇ ਨੇੜੇ ਆਉਂਦੇ ਹਾਂ। ਕਦੋਂ ਪਾਕਿਸਤਾਨ ਦਾ ਐਲਾਨ ਹੋਇਆ ਅਤੇ ਤੁਹਾਡੇ ਪਿੰਡ 'ਚੋਂ ਮੁਸਲਮਾਨ ਕਿਹੜੇ ਅਮਨ ਨਾਲ ਹੀ ਆ ਗਏ, ਜਾਂ ਉੱਥੇ ਹੋਈ ਆ ਮਾਰਕੁੱਟ? ਨਹੀਂ, ਅਮਨ ਨਾਲ ਨਹੀਂ ਆਏ। ਸਾਡੇ ਜਿਹੜੇ ਮਜ਼ਦੂਰ ਸੀ ਨਾ, ਕਾਰਕੁਨ ਕਹਿ ਲਓ, ਸਾਡੇ ਮਿਹਨਤ ਸੀ ਸਾਡੇ। ਹਾਂਜੀ ਹਾਂਜੀ। ਉਹ ਸੀਗੇ ਗੈਰ ਮੁਸਲਮਾਨ, ਚੂੜੇ ਕਹਿ ਲਈ, ਠੀਕ ਹੋ ਗਿਆ। ਅਤੇ ਅਸੀਂ ਆਉਣ ਲੱਗੇ ਹੋਏ, ਸਾਡੇ ਮਕਾਨ ਪੱਕੇ ਸੀਗੇ। ਅੱਛਾ। ਰਾਂਡੇ ਚਾਂਡੇ ਬਹੁਤ ਹਵੇਲੀਆਂ, ਉਹਨਾਂ ਨੂੰ ਸੱਦ ਕੇ ਉਹਨਾਂ ਨੂੰ ਵਿੱਚ ਬਾਲਿਆ ਹੈ। ਅੱਛਾ। ਆਪ ਅਸੀਂ ਉੱਠਿਆ ਹੈ, ਗੱਡੇ ਜਿਹੜੇ ਲੱਕੜੀ ਦੇ ਪਹੀਏ ਵਾਲੇ ਹੁੰਦੇ ਸੀ। ਹਾਂਜੀ ਹਾਂਜੀ। ਉਹਨਾਂ ਦੇ ਉੱਤੇ ਕੋਈ ਆਟਾ ਬੋਰੀ ਰੱਖ ਲਈ, ਕੋਈ ਦਾਣਿਆਂ ਦੀ ਬੋਰੀ, ਕੋਈ ਆਪਣਾ ਕੱਪੜਾ ਲੀੜਾ ਬਸ। ਅੱਛਾ। ਉਹ ਵੀ ਕਈਆਂ ਦੇ ਸਿਰੇ ਪਹੁੰਚੇ, ਕਈਆਂ ਦੇ ਉਹ ਬਿਆਸੇ ਵਾਲਾ ਦਰਿਆ ਨਹੀਂ ਛੱਡਿਆ ਸੀ। ਹਾਂਜੀ ਹਾਂਜੀ। ਵਿੱਚੇ ਰੁੜ ਕੇ ਹਾਸ਼ਿਆ ਵਿੱਚੇ ਚਲੀ ਗਈ। ਅਤੇ ਕਈਆਂ ਬੰਦਿਆਂ ਨੇ ਆ ਜਿਹੜੇ ਟੈਲੀਫੋਨ ਦੇ ਖੰਭੇ ਹੁੰਦੇ ਆ, ਹਾਂਜੀ ਹਾਂਜੀ, ਇਹਨਾਂ ਦੇ ਉੱਤੇ ਜਿਹੜੇ ਇੱਦਾਂ ਐਂਗਲ ਜਿਹੇ ਲੱਗੇ ਹੁੰਦੇ, ਹਾਂਜੀ ਹਾਂਜੀ, ਉਹਨਾਂ ਦੇ ਉੱਤੇ ਚੜ੍ਹ ਕੇ ਵੀ ਆਪਣੀ ਜਾਨ ਬਚਾਈ, ਉਹ ਨਹੀਂ ਇਹਨਾਂ ਛੱਡਿਆ। ਅੱਛਾ, ਠੀਕ ਹੋ ਗਿਆ। ਅੱਛਾ, ਅਤੇ ਤੁਹਾਡੀ ਫੈਮਿਲੀ ਕਿਹੜੀ, ਤੁਹਾਡਾ ਖਾਨਦਾਨ, ਤੁਸੀਂ ਆ ਗਏ ਸਾਰੇ ਸਹੀ ਸਲਾਮਤ ਆ ਗਏ? ਨਹੀਂ, ਵਿੱਚ ਦੋ ਭਾਈ ਭੈਣ ਮਰ ਗਏ, ਬਾਕੀ ਆ ਗਏ। ਪਾਣੀ ਦੀ ਵਜ੍ਹਾ ਤੋਂ ਮਰੇ ਜਾਂ ਕਤਲ ਕਰ ਦਿੱਤੇ ਉਹਨਾਂ ਨੇ, ਸ਼ਹੀਦ ਕਰਦੇ? ਪਾਣੀ ਦੀ ਵਜ੍ਹਾ ਤੋਂ, ਬਿਆਸੇ 'ਚ। ਅੱਛਾ, ਅਤੇ ਉੱਥੋਂ ਫਿਰ 16 ਤੋਂ 1 ਆਰ ਕਿੱਦਾਂ ਆਏ ਤੁਸੀਂ? ਲਾਹੌਰ ਆਏ ਨਾ, ਲਾਹੌਰੋਂ ਇੱਥੇ ਉਗਾੜੇ ਆਏ। ਅੱਛਾ ਜੀ। ਇੱਥੇ ਇੱਕ ਚੱਕ ਦੇ ਵਿੱਚ ਸਾਡਾ ਰਿਸ਼ਤੇਦਾਰ ਸੀ, ਜ਼ਿਲ੍ਹੇਦਾਰ। ਅੱਛਾ, ਇੱਕ ਚੱਕ 'ਚ ਰਾਈ ਜ਼ਿਆਦਾ ਸੀ ਨਾ ਆਬਾਦ? ਅੱਛਾ। ਸਾਡਾ ਰਿਸ਼ਤੇਦਾਰ ਸੀ, ਉਹਨੇ ਸਾਡੇ ਦਾਦੇ ਨਾਲ ਉਹਦਾ ਬੜਾ ਤਲਕ ਸੀ, ਉਹਨੇ ਕਿਹਾ ਤੁਹਾਨੂੰ ਉੱਥੇ ਪਾਲਦਾ। ਅੱਛਾ। 16 ਉਹ ਜ਼ਮੀਨ ਉਦੋਂ ਬਹੁਤ ਜ਼ਿਆਦਾ ਟਾਪ ਦੀ ਸੀ, ਜਿੰਨਾ ਵੀ ਝੂਠ ਬੋਲੋ ਉਨੀ ਟਾਪ। ਇਹ 16 ਵਾਲੀ ਕਿਹੜੀ? 16 ਜੀ। ਅੱਛਾ ਜੀ। ਅਤੇ ਹਾਲਾਂਕਿ ਉਹ 72 ਯੂਨਿਟਾਂ ਜਾਂ ਦਫਾਰਪੁਰ ਦੀ 8 ਯੂਨਿਟਾਂ ਜੋ ਉੱਧਰ ਕਈ ਮੁਰੱਬੇ ਬਣ ਜਾਣੇ, ਉੱਥੇ ਪਾਲ ਦਿੱਤਾ ਸਾਨੂੰ। ਥੋੜ੍ਹੀ ਜ਼ਮੀਨ ਮਿਲੀ ਫਿਰ?
ਫਿਰ ਉਹ ਸਾਨੂੰ ਤਹਿਸੀਲਦਾਰ ਕਾਨੂੰਗੋ ਪਟਵਾਰੀ ਉਹ ਸਾਰੇ ਜ਼ੋਰ ਲਾਉਂਦੇ ਰਹੇ ਵਿਆਹ ਸਾਨੂੰ ਪਿੰਡ ਦੇ ਵਿੱਚ ਹਾਤੇ ਦੇਣੇ ਪੱਕੇ ਬਣੇ ਬਣਾਏ। ਅੱਛਾ, ਸਾਡਾ ਦਾਦਾ ਨਹੀਂ ਮੰਨਿਆ ਉਹਨੇ, ਨਹੀਂ ਅਸੀਂ ਪਿੰਡ 'ਚ ਨਹੀਂ ਜਾਣਾ, ਪਿੰਡ ਜਾਣਾ ਉੱਥੇ ਜਣੇ ਜਣੇ ਦੀ ਲੱਕੜੀ ਆ। ਅੱਛਾ, ਅਤੇ ਅਸੀਂ ਆਪਣੀ ਖੇਜ ਉਹਨੇ ਆਪਣਾ ਕਿੱਲਾ ਦਿੱਤਾ ਜ਼ਮੀਨ ਦਾ, ਉਹਦੇ ਵਿੱਚ ਇੱਕ ਪਾਸੇ ਨੂੰ ਭਰਾ ਦੇ ਭਰਾ ਮੂੰਹ ਕਰਦੇ। ਅੱਛਾ, ਉਹਦੀ ਲਾਦ ਦੇ ਕੋਈ ਬਣਾ। ਅੱਛਾ, ਅਤੇ ਆਪਣੀ ਜ਼ਮੀਨਾਂ 'ਚ ਘਰ ਘੁਰ ਬਣਾ ਲਿਆ। ਇਹ ਕਿਹੜੇ ਇੱਥੇ ਚਾੜ ਕੇ ਵਾਲੇ ਹੈਗੇ, ਉਹਨਾਂ ਨਾਲ ਵੀ ਰਿਸ਼ਤੇਦਾਰੀ ਹੈਗੀ ਤੁਹਾਡੀ? ਹੈਗੀ ਆ, ਚਾੜ ਕੇ ਵਾਲੀਆਂ ਦੋ ਕਾਕੀਆਂ ਭਾਈ ਦੇ ਬੱਚਿਆਂ ਦੇ ਘਰ ਵਾ। ਅੱਛਾ, ਸਾਡੇ ਪਿੰਡ 'ਚ ਵੀ ਇੱਥੇ ਉਹਨਾਂ ਦੀ ਗੌਰਮੈਂਟ ਦੀ ਕੁੜੀ ਹੈਗੀ ਆ, ਸਲੀਮ ਹੋਣੀ ਵਾਲੇ ਆ। ਅੱਛਾ, ਹਾਂ ਫੌਤ ਹੋ ਗਿਆ ਸਲੀਮ, ਨਾ ਕੌਂਸਲਰ? ਹਾਂਜੀ, ਉਹਦਾ ਛੋਟਾ ਭਰਾ ਕਾਰੀ ਮੁਨੀਰ ਐਡਵੋਕੇਟ ਹੈਗਾ ਇੱਥੇ, ਬਹੁਤ ਚੰਗਾ। ਅਤੇ ਮੇਰੇ ਪਿੰਡ ਜੰਗਪੁਰ 'ਚ ਵੀ ਚਾੜ ਕੇ ਵਾਲੇ ਹੈਗੇ, ਉਹਨਾਂ ਦਾ ਕੋਈ ਹੈ ਰਿਸ਼ਤੇਦਾਰੀ ਤੁਹਾਡੀ? ਨਹੀਂ ਨਹੀਂ, ਕੋਈ ਨਹੀਂ, ਠੀਕ ਹੋ ਗਿਆ। ਅੱਛਾ, ਅਤੇ ਬਾਕੀ ਕਿਹੜੇ ਤੁਹਾਡੇ ਉੱਥੇ ਪਿੰਡ ਦੇ ਲੋਕ ਸੀਗੇ, ਉਹ ਸਾਰੇ ਰਾਹੀਂ ਇੱਥੇ ਆ ਗਏ? ਤੁਸੀਂ ਸੋਲਾਵਾਨਾਰ 'ਚ ਆ ਗਏ ਸੀ ਜਾਂ ਕਿਤੇ ਅੱਗੇ ਪਿੱਛੇ? ਸਾਰਾ ਪਿੰਡ ਤੋਂ ਬਹੁਤ ਵੱਡਾ ਸੀ, ਸਾਡਾ ਹੀ ਘਰ, ਮੇਰੇ ਦਾਦੇ ਦੋ ਭਰਾ ਸੀ, ਉਹਨਾਂ ਦਾ ਹੀ ਗੁਰਬਾ ਇੱਥੇ ਇੱਥੇ। ਅੱਛਾ, ਬਾਕੀ ਨਹੀਂ ਕੋਈ ਪਤਾ ਕਿੱਥੇ ਕਿੱਥੇ ਚਲੇ ਗਏ ਲੋਕ? ਕੋਈ ਪਤਾ ਨਹੀਂ, ਕੋਈ ਪਤਾ ਨਹੀਂ। ਅੱਛਾ, ਸਲੀਮ ਦੇ ਵਾਲਦ ਸਾਹਿਬ ਸੀ ਨਾ? ਹਾਂਜੀ, ਉਹਨਾਂ ਦਾ ਨਾਮ ਬਜ਼ੁਰਗਾਂ ਦਾ ਮੈਂ ਭੁੱਲ ਗਿਆ, ਕੀ ਨਾਂ ਸੀ ਉਹਨਾਂ ਦਾ? ਫੌਤ ਹੋ ਗਏ ਆ? ਨਹੀਂ ਪਤਾ, ਮੈਂ ਗਿਆ ਸੀਗਾ ਸਲੀਮ ਦੇ ਅਫਸੋਸ 'ਤੇ ਉਹਨਾਂ ਕੋਲ ਨਾ, ਅਤੇ ਮੈਂ ਇੱਦਾਂ ਹੀ ਪੁੱਛਿਆ, ਮੈਂ ਕਿਹਾ ਤੁਸੀਂ ਕਿੱਥੋਂ? ਕਹਿੰਦੇ ਕਿ ਮੈਂ ਚਾੜ ਕੇ ਉੱਥੋਂ। ਅਤੇ ਮੈਂ ਕਿਹਾ ਫਿਰ ਕਿੱਦਾਂ ਇੱਥੇ ਕਿੱਦਾਂ ਆਏ? ਹੱਸਣ ਲੱਗ ਪਏ, ਕਹਿੰਦੇ ਕਿ ਮੈਂ ਕਿਹਾ ਤੁਹਾਡਾ ਵਿਆਹ ਕਦੋਂ ਹੋਇਆ? ਕਹਿੰਦੇ ਮੇਰਾ ਨਿਕਾਹ ਹੋ ਗਿਆ ਸੀ ਪਾਕਿਸਤਾਨ ਬਣਨ ਤੋਂ ਪਹਿਲਾਂ। ਅਤੇ ਕਹਿੰਦੇ ਕਦੋਂ ਪਾਕਿਸਤਾਨ ਬਣਿਆ ਅਤੇ ਉਹ ਪਤਾ ਨਹੀਂ ਕਿੱਥੇ ਚਲੇ ਗਏ ਸਹੁਰੇ ਮੇਰੇ। ਅਸੀਂ ਕਹਿੰਦੇ ਕਿ ਇੱਥੇ ਆ ਗਏ 16 GD ਕਿ 14 GD 14 GD। ਅਤੇ ਮੈਂ ਕਿਹਾ ਫਿਰ ਕਿੱਦਾਂ ਮੁਲਾਕਾਤ ਕਿੱਦਾਂ ਹੋਈ? ਕਹਿੰਦੇ ਵਾਵਾ 4-5 ਸਾਲ ਕਦੋਂ ਗੁਜ਼ਰ ਗਏ ਨਾ, ਤਾਂ ਕੋਈ ਇੱਕ ਰਿਸ਼ਤੇਦਾਰ ਚੱਲਦਾ ਫਿਰਦਾ ਆਇਆ ਅਤੇ ਮੈਨੂੰ ਪੁੱਛਦਾ, ਕਹਿੰਦਾ ਕੀ ਹਾਲ ਚਾਲ ਆ, ਕਿੱਥੇ ਆ ਤੁਸੀਂ ਬਾਕੀ ਤੁਹਾਡੇ ਰਿਸ਼ਤੇਦਾਰ? ਉਹਨੇ ਕਿਹਾ ਮੈਂ ਕਹਿੰਦਾ ਕਿ ਮੈਂ ਕਿਹਾ ਕਿ ਮੈਨੂੰ ਨਹੀਂ ਪਤਾ ਨਾ ਸਾਨੂੰ ਲੱਭਦੇ ਆ, ਅਖੇ ਤੇਰਾ ਨਿਕਾਹ ਹੋਇਆ ਸੀ ਕਿੱਧਰ? ਕਹਿੰਦਾ ਜੀ ਉਹਦਾ ਤਾਂ ਵੀ ਨਹੀਂ ਪਤਾ। ਕਹਿੰਦਾ ਕਿ ਮੈਨੂੰ ਪਤਾ ਉਹ ਕਿਹੜਾ ਬੰਦਾ ਸੀ, ਉਹ ਵੀ ਤੁਹਾਡੇ ਬਰਾਦਰੀ ਦਾ ਹੀ ਸੀ ਕੋਈ। ਕਹਿੰਦਾ ਉਹ ਵਿਹਾੜੀ ਬੈਠੇ ਆ। ਉਹ ਫਿਰ ਕਹਿੰਦਾ ਜੀ ਕਿ ਮੈਨੂੰ ਨਾ ਫਿਰ ਇੱਥੋਂ ਲੈ ਕੇ ਗਿਆ ਕੋਈ, 2-4 ਬੰਦੇ ਅਸੀਂ ਗਏ ਅਤੇ ਉੱਥੋਂ ਫਿਰ ਕਹਿੰਦਾ ਮੇਰੀ ਬੀਵੀ ਗੜੀ ਨਾ ਅਤੇ ਉਹਨਾਂ ਨੇ ਟੋਰੀ, ਅਤੇ ਫਿਰ ਅਸੀਂ ਇੱਥੇ ਆਏ। ਅਤੇ ਇਸ ਤਰ੍ਹਾਂ ਬੜਾ ਕਿਹੜਾ ਪਾਕਿਸਤਾਨ ਕਦੋਂ ਬਣਿਆ ਨਾ ਜੀ, ਅਤੇ ਲੋਕਾਂ ਦੇ ਨਾਲ ਬੜੀਆਂ ਔਖਾ ਅਤੇ ਮੁਸ਼ਕਲਾਂ ਪੇਸ਼ ਆਈਆਂ। ਅਤੇ ਕਦੀ ਤੁਹਾਡਾ ਕਿਉਂਕਿ ਗਿਆ ਉੱਥੇ ਉਸ ਪਿੰਡ ਕੋਈ ਕਿ ਨਹੀਂ? ਹਾਂਜੀ, ਕੋਈ ਨਹੀਂ ਗਿਆ ਹੈਗਾ। ਅਤੇ ਤੁਹਾਡੇ ਵਾਲਿਦ ਸਾਹਿਬ ਨੇ ਕਦੀ ਕਿਹਾ ਹੋਵੇ ਕਿ ਮੈਂ ਪਿੰਡ ਯਾਦ ਆਉਂਦਾ ਕਦੀ ਜਾਣਾ? ਕੋਈ ਨਹੀਂ, ਗਏ ਹੀ ਨਹੀਂ ਗਏ, ਯਾਦ ਕੀ ਆਉਣਾ? ਯਾਦ ਤਾਂ ਫਿਰ ਆਪੇ ਦੁੱਖ ਜਿਹਨੇ ਇੱਥੇ ਸੀਗਾ ਉੱਥੇ ਸੁੱਖ ਸੀ, ਆਉਂਦਾ ਤਾਂ ਰਹਿੰਦਾ ਹੀ ਹੈ ਯਾਦ। ਉੱਥੇ ਤਾਂ ਮੌਜਾਂ ਮਾਣਦੇ ਸੀ, ਇੱਥੇ ਤਾਂ ਇੰਤਹਾਈ ਗੁਰਬਤ ਅਤੇ ਇੰਤਹਾਈ ਤੰਗੀ 'ਚੋਂ ਨਿਕਲ, ਇੰਤਹਾਈ ਰੋਟੀ ਖਾਣ ਨਹੀਂ ਲੱਗੇ ਤਾਂ ਉੱਥੇ ਵੀ ਤੰਗੀ ਤੰਗੀ। ਵੰਡ ਤੋਂ ਬਾਅਦ ਕਿਹੜਾ ਔਖਾ ਹੋ ਗਿਆ ਕੰਮ ਇੱਥੇ ਨਾ ਜੀ, ਨਵੇਂ ਸਿਰ ਤੋਂ ਜ਼ਿੰਦਗੀ ਅਤੇ ਨਵੇਂ ਸਿਰ ਤੋਂ ਸਭ ਕੁਛ। ਅਤੇ ਉੱਥੇ ਕਿਹੜੀ ਜ਼ਮੀਨ ਸੀ ਤੁਹਾਡੀ ਜਲੰਧਰ? ਇਹ ਨਹਿਰੀ ਸੀਗੀ ਜਾਂ ਚਾਹੀ ਸੀ? ਉੱਥੇ ਨਹਿਰੀ ਹੈ ਨਹੀਂ ਸੀਗੀ, ਚਾਹੀ ਸੀ ਤਾਂ ਬਰਾਨੀ ਸੀ ਕੋਈ। ਅੱਛਾ ਜੀ, ਅਤੇ ਉਹ ਜੋ ਪਾਰਟੀਸ਼ਨ ਬਣੀ ਆ ਉਦੋਂ ਪਟਵਾਰੀਆਂ ਨੇ ਜਿਹਨਾਂ ਦੀ ਚਾਹੀ ਸੀ ਉਹਨਾਂ ਨੂੰ ਬਰਾਨੀ ਕਰ ਦਿੱਤੀ, ਬਰਾਨੀ ਸਾਨੂੰ ਚਾਹੀ ਕਰ ਦਿੱਤਾ ਹੈ, ਪਟਵਾਰੀਆਂ ਨੇ ਮਰਜ਼ੀ ਨਾਲ ਸਾਰਾ ਕੀਤਾ ਹੈ, ਮੁਰੰਬਾ ਜ਼ਮੀਨ ਸੀ ਸਾਨੂੰ ਉਹਦੇ ਵਿੱਚ ਅੰਦਰ ਮਿਲਦਾ ਹੈ। ਅੱਛਾ, ਅਤੇ ਜੇ ਤੁਹਾਡੀ ਦੀਪਾਲਪੁਰੀ ਇੱਧਰ ਲਈਏ ਲੁਈਆ ਪੈ ਜਾਂਦੀ ਤਾਂ ਜ਼ਿਆਦਾ ਮਿਲ ਜਾਣੀ ਸੀ? ਬਹੁਤ ਮਿਲੀ ਇੱਥੇ ਇਸ ਕਿਲੇ ਦੇ ਵਿੱਚ 9-8 ਮੀਲ ਦੀਪਾਲਪੁਰ ਨਾ, ਉਹਨੂੰ ਤੇ ਉੱਥੇ ਦੀ ਜ਼ਮੀਨ ਵੀ ਬੜੀ ਚੰਗੀ ਹੈ। ਉਹ ਤਾਂ ਬਹੁਤ ਚੰਗੀ ਨਵੀਂ ਬਾਹ ਜ਼ਮੀਨ ਆ ਉਹ ਤਾਂ। ਅੱਛਾ, ਕੋਈ ਯਾਦ ਤੁਹਾਨੂੰ ਕੋਈ ਆਉਂਦਾ ਹੋਵੇ ਵੰਡ ਦਾ ਕਦੋਂ ਤਕਸੀਮ ਹੋਈ ਆ?
ਕੋਈ ਐਸੀ ਗੱਲ ਜਿਹੜੀ ਕੋਈ ਤੁਸੀਂ ਨਾ ਨਹੀਂ ਕੋਈ ਨਹੀਂ ਲਓ ਜੀ ਮਿਹਰਬਾਨੀ ਸਲਾਮ ਅਲੈਕੁਮ ਜੀ।